ਅੱਜ ਜਿਹੜਾ ਹੈਲਥ ਇਜ਼ ਵੈਲਥ ਸੈਗਮੈਂਟ ਹੈ, ਇਸ ਸੈਗਮੈਂਟ ਦੇ ਵਿੱਚ ਸਾਡੇ ਨਾਲ ਡਾਕਟਰ ਪ੍ਰਗਟ ਸਿੰਘ ਭੁਰਜੀ ਜੀ ਸ਼ਾਮਲ ਹੋ ਗਏ ਨੇ, ਅਤੇ ਉਹ ਗੱਲਬਾਤ ਕਰ ਰਹੇ ਸਨ ਕਿ ਜਿਹੜੀਆਂ ਔਰਤਾਂ ਜ਼ਿਆਦਾ ਦੁੱਧ ਪੀਂਦੀਆਂ ਨੇ, ਗਊ ਦਾ ਦੁੱਧ ਪੀਂਦੀਆਂ ਨੇ, ਤਾਂ ਉਹਨਾਂ ਨੂੰ ਛਾਤੀ ਦੇ ਕੈਂਸਰ ਹੋਣ ਦੇ ਚਾਂਸਿਸ ਕਾਫੀ ਵੱਧ ਜਾਂਦੇ ਨੇ। ਡਾਕਟਰ ਸਾਹਿਬ, ਦੁੱਧ ਤਾਂ ਫਿਰ ਮਰਦ ਵੀ ਬਹੁਤ ਪੀਂਦੇ ਨੇ, ਔਰ ਮਰਦਾਂ ਨੂੰ ਵੀ ਛਾਤੀ ਦਾ ਕੈਂਸਰ ਹੋ ਜਾਂਦਾ? ਅਗਰ ਆਪਾਂ ਆਖੀਏ ਵੀ ਹਰ ਇੱਕ 8 ਤੋਂ 9 ਔਰਤਾਂ ਦੇ ਵਿੱਚ ਇੱਕ ਨੂੰ ਬ੍ਰੈਸਟ ਕੈਂਸਰ ਹੋਣਾ, ਕਰੀਬਨ 1 ਲੱਖ ਮਰਦ ਦੇ ਵਿੱਚੋਂ ਇੱਕ ਨੂੰ ਹੋ ਸਕਦਾ, ਔਰ ਉਹ ਵੀ ਥੋੜ੍ਹੀ ਵਧੇਰੀ ਉਮਰ 'ਚ ਜਾ ਕੇ ਹੁੰਦਾ। ਮੈਂ ਆਪਣੀ ਲਾਈਫ ਟਾਈਮ 'ਚ ਦੇਖਿਆ ਨਹੀਂ, ਕਿਉਂਕਿ ਬੱਚਿਆਂ ਦੇ ਵਿੱਚ ਜਿਵੇਂ ਗਾਇਨੇਕੋਮੈਸਟੀਆ ਹੁੰਦਾ ਵੀ ਛਾਤੀ ਜਿਹੜੀ ਉੱਭਰ ਜਾਂਦੀ ਫੈਟ ਕਰਕੇ, ਹਾਰਮੋਨਸ ਕਰਕੇ, ਲੇਕਿਨ ਬ੍ਰੈਸਟ ਕੈਂਸਰ ਮੈਂ ਬੱਚਿਆਂ 'ਚ ਨਹੀਂ ਦੇਖਿਆ, ਲੇਕਿਨ ਰਿਪੋਰਟਡ ਹੈਗਾ ਲਿਟਰੇਚਰ 'ਚ। ਲੇਕਿਨ ਅਗਰ ਆਪਾਂ ਆਖੀਏ, ਸਭ ਤੋਂ ਵੱਡਾ ਜਿਹੜਾ ਕੈਂਸਰ ਲੇਡੀਜ਼ ਨੂੰ ਨਿਭਾਉਣਾ ਪੈਂਦਾ ਉਹ ਬ੍ਰੈਸਟ ਕੈਂਸਰ ਹੈਗਾ, ਔਰ BC ਦੇ ਵਿੱਚ ਜਿਹੜਾ ਸਰਵਾਈਵਲ ਰੇਟ ਆ ਉਹ 91% ਆ, ਕੈਨੇਡਾ ਦੇ ਵਿੱਚ 89 ਆ। ਸੋ ਸਾਡਾ BC ਦਾ ਜਿਹੜਾ ਸਟਰਕਚਰ ਹੈ ਬਹੁਤ ਵਧੀਆ, ਕਿਉਂਕਿ ਅਰਲੀ ਡਿਟੈਕਸ਼ਨ ਆ, ਸਕਰੀਨਿੰਗ ਪ੍ਰੋਗਰਾਮ ਹੈਗੇ ਆ, ਰੈਪਿਡ ਐਕਸੈਸ ਆ, ਟ੍ਰੀਟਮੈਂਟ ਮੋਡੈਲਿਟੀਸ ਆ, ਸਰਜਰੀ ਆ, ਕੀਮੋ ਆ, ਰੇਡੀਏਸ਼ਨ ਆ। ਹੁਣ ਇਹਦੀ ਜੀਨਸ ਹੁੰਦੀਆਂ ਜਿਹੜੀਆਂ ਬ੍ਰੈਸਟ ਕੈਂਸਰ ਕਰਦੀਆਂ, ਲੇਕਿਨ ਜਿਹੜੀ ਆ ਸਟੱਡੀ ਆ ਇਹਨੇ ਇੱਕ ਸਪਿਨ ਦਿੱਤਾ ਵੀ ਡਾਇਟਰੀ ਫੈਕਟਰਸ ਵੀ ਇਨਵੋਲਵ ਹੋ ਸਕਦੇ ਆ, ਔਰ ਉਹਦੇ ਵਿੱਚ ਜਿਹੜਾ ਗਊ ਦਾ ਦੁੱਧ ਹੈ ਖਾਸ ਕਰਕੇ ਉਹਦੇ ਉੱਤੇ ਰਿਸਰਚ ਪਿਛਲੇ 8 ਸਾਲ ਤੋਂ ਚੱਲ ਰਹੀ ਸੀ, ਔਰ 55,000 ਲੇਡੀਜ਼ ਉਹਨਾਂ ਨੇ ਲਿੱਤੀਆਂ ਸੀ, ਔਰ ਉਹਨਾਂ ਵਿੱਚ ਦੇਖਿਆ ਵੀ ਜਿਹੜੇ ਗਊ ਦਾ ਦੁੱਧ ਪੀ ਰਹੀਆਂ ਸੀ, ਭਾਵੇਂ ਉਹ ਇੱਕ ਗਲਾਸ ਹੁੰਦਾ 250 ml, ਭਾਵੇਂ ਉਹ 150-200 ml ਪੀ ਰਹੀਆਂ ਸੀ, 250 ਪੀ ਰਹੀਆਂ ਸੀ, ਜਾਂ 500-750 ml, ਹੈ ਨਾ, ਉਹਨਾਂ ਦੇ ਵਿੱਚ ਡਿਫਰੈਂਟ ਉਹਨਾਂ ਨੇ ਪੈਟਰਨ ਦੇਖਿਆ ਵੀ ਰਿਸਕ ਜਿਹੜਾ ਹੈਗਾ ਜਿੰਨਾ ਦੁੱਧ ਜ਼ਿਆਦਾ ਪੀਂਦੀ ਉਹਨਾਂ ਰਿਸਕ ਵੱਧਦਾ, ਜਿਹੜਾ ਇੱਕ ਗਲਾਸ ਹੈ 250 ml ਉਹਦਾ 50%, ਜਿਹੜਾ 2-3 ਗਲਾਸ ਹੈਗੇ ਆ ਉਹਦੇ 70%, ਜਿਹੜਾ ਗਲਾਸ ਤੋਂ ਥੋੜ੍ਹਾ ਘੱਟ ਪੀ ਰਹੀਆਂ ਸੀ 30%। ਪਰ ਜੇ ਉਹ ਐਲਮੰਡ ਮਿਲਕ ਪੀਂਦੀਆਂ ਨੇ ਜਾਂ ਸੋਇਆ ਮਿਲਕ ਪੀਂਦੀਆਂ ਨੇ ਫਿਰ ਨਹੀਂ, ਬਿਲਕੁਲ ਸਹੀ ਗੱਲ ਹੈ, ਦੁੱਧ 'ਚੋਂ ਹੀ, ਮੱਝ ਦੇ ਦੁੱਧ 'ਚ ਵੀ ਹੈ, ਮੱਧ ਔਰ ਗਊ ਦਾ ਸੇਮ ਹੀ ਆਊਗਾ, ਕਿਉਂਕਿ ਇੱਥੇ ਨੌਰਥ ਅਮਰੀਕਾ 'ਚ ਗਾਂ ਦਾ ਹੀ ਦੁੱਧ ਚੱਲਦਾ, ਇਸ ਲਈ ਸਟੱਡੀ ਗਾਂ ਦੇ ਦੁੱਧ ਦੇ ਉੱਤੇ ਹੋਈ ਸੀ, ਲੇਕਿਨ ਮੱਝ ਔਰ ਗਾਂ ਆਲਮੋਸਟ ਸੇਮ ਹੀ ਫੈਮਿਲੀ ਬੈਕਗਰਾਊਂਡ ਨੂੰ ਬਿਲੋਂਗ ਕਰਦੀਆਂ, ਔਰ ਉਹਦਾ ਉਹਨਾਂ ਨੇ ਪੋਸਚੁਲੇਟ ਕੀਤਾ ਵੀ ਕਿਉਂ ਹੋ ਰਿਹਾ, ਕਿਉਂਕਿ ਜਿਹੜੀ ਗਾਂ ਜਾਂ ਮੱਝ ਦੁੱਧ ਦੇ ਰਹੀ ਆ ਉਹਦੇ ਆਪ ਦੇ ਹਾਰਮੋਨਸ ਜਿਹੜੇ ਹੈਗੇ ਆ ਉਹ ਉਹਦੇ ਵਿੱਚ ਹੈਗੇ ਆ, ਦੂਜਾ ਉਹ ਹਾਰਮੋਨਸ ਜਿਹੜੇ ਹੈਗੇ ਆ ਛਾਤੀ ਨੂੰ ਟ੍ਰਿਗਰ ਕਰਦੇ ਆ ਲੇਡੀਜ਼ ਦੀ ਛਾਤੀ ਨੂੰ, ਔਰ ਕੈਂਸਰ ਇਹੀ ਆ ਵੀ ਜਿਹੜਾ ਅਨਕੰਟਰੋਲਡ ਜਿਹੜਾ ਹੈਗਾ ਸੈਲ ਡਿਵੀਜ਼ਨ, ਹਾਂ, ਸੋ ਉਹਨੂੰ ਹਾਰਮੋਨ ਵੀ ਇੱਕ ਟ੍ਰਿਗਰ ਆ, ਕਿਉਂਕਿ ਜਿਹੜਾ ਐਸਟ੍ਰੋਜਨ ਹਾਰਮੋਨ ਆ, ਕਈ ਦਵਾਈਆਂ ਜਿਹੜੀ ਟਮੋਕਸੀਫੈਨ ਜਿਹੜੀ ਦਵਾਈ ਆ ਉਹ ਐਸਟ੍ਰੋਜਨ ਦੀ ਜਿਹੜੀ ਹੈਗੀ ਰਿਸੈਪਟਰ ਨੂੰ ਬਲੋਕ ਕਰਦੀ ਆ, ਤਾਂ ਕਿ ਉਹ ਐਸਟ੍ਰੋਜਨ ਜਿਹੜਾ ਬ੍ਰੈਸਟ ਦਾ ਜਿਹੜਾ ਸੈੱਲ ਆ ਉਹਨੂੰ ਟ੍ਰਿਗਰ ਨਾ ਕਰੇ ਫਿਊਚਰ 'ਚ ਵੀ ਜਿਹੜੀਆਂ ਡਾਇਗਨੋਸ ਹੁੰਦੀਆਂ, ਹੈ ਨਾ। ਹੁਣ ਦੂਜਾ ਉਹਨਾਂ ਨੇ ਇਸ ਥਿਊਰੀ ਪੋਸਚੁਲੇਟ ਕੀਤੀ ਸੀ ਵੀ ਇਹਦੇ ਵਿੱਚ IGF-1 ਇਨਸੁਲਿਨ ਲਾਈਕ ਗਰੋਥ ਫੈਕਟਰ, ਇੱਕ ਤਾਂ ਹੁੰਦਾ ਨਾ ਇਨਸੁਲਿਨ ਜਿਹੜਾ ਬਲੱਡ ਸ਼ੂਗਰ ਕੰਟਰੋਲ ਕਰਦਾ, ਇੱਕ ਹੁੰਦਾ IGF-1 ਜਿਹੜਾ ਸਾਡਾ ਗਰੋਥ ਕਰਦਾ, ਹਰ ਇੱਕ ਸੈੱਲ ਨੂੰ ਉਹ ਊਰਜਾ ਦਿੰਦਾ, ਹੈ ਨਾ, ਜਿੱਦਾਂ ਫੁੱਗੇ ਦੇ ਵਿੱਚ ਆਪਾਂ ਹਵਾ ਭਰੀਏ ਤਾਂ ਵੱਡਾ ਹੋਈ ਜਾਣਾ, ਹੈ ਨਾ, ਉਦੋਂ ਸੈੱਲ ਨੂੰ ਗਰੋਥ ਕਰਦਾ। ਸੋ ਉਹੀ ਪ੍ਰੋਬਲਮ ਹੈ ਵੀ ਜਿਹੜਾ ਇੱਕ ਤਾਂ ਹਾਰਮੋਨ ਸਟਿਮੂਲੇਟ ਕਰ ਰਿਹਾ, ਦੂਜਾ IGF ਜਿਹੜਾ ਹੈਗਾ ਸੈੱਲ ਨੂੰ ਗਰੋ ਕਰ ਰਿਹਾ, ਇੱਕ ਜਗ੍ਹਾ 'ਚ ਆ ਕੇ ਅਨਕੰਟਰੋਲਡ ਹੋ ਗਿਆ ਅਤੇ ਕੈਂਸਰ ਹੋਣ ਦੇ ਜਿਹੜੇ ਰਿਸਕ ਵੱਧ ਜਾਂਦੇ। ਹੁਣ ਸਾਡੇ ਰਿਪੋਰਟਰ ਜਿਹੜੇ ਨੇ ਮਨਪ੍ਰੀਤ ਸਿੰਘ ਰੰਧਾਵਾ, ਜਿਹੜੇ ਕਿ ਉੱਥੇ ਬ੍ਰੈਕਫਾਸਟ 'ਤੇ ਗਏ ਹੋਏ ਸਨ ਜਿੱਥੇ ਵਾਲੀ ਉੱਪਲ ਜੀ ਸਰੀ ਦੀ ਪੁਲਿਸ ਦੀ ਗੱਲ ਕਰਦੇ ਸਨ, ਉਹ ਮੇਰੇ ਨਾਲ ਨੇ। ਅੱਛਾ ਡਾਕਟਰ ਸਾਹਿਬ, ਇੱਕ ਗੱਲ ਮੈਂ ਤੁਹਾਨੂੰ ਹੋਰ ਕਰਨੀ ਚਾਹੁੰਦਾ ਸੀ ਵੀ ਜਿਹੜੇ ਬੱਚਿਆਂ ਨੂੰ ਸੀਜ਼ਰ ਹੋ ਜਾਂਦਾ, ਤੁਸੀਂ ਬੱਚਿਆਂ ਦੇ ਸਪੈਸ਼ਲਿਸਟ ਹੋ, ਕਈ ਕਿਸਮ ਦੇ ਸੀਜ਼ਰ ਨੇ, ਜਦੋਂ ਸੀਜ਼ਰ ਹੋ ਜਾਏ ਫਿਰ ਕੀ ਕਰਨਾ ਚਾਹੀਦਾ, ਸੀਜ਼ਰ ਕਿਉਂ ਹੁੰਦੇ ਨੇ? ਬਹੁਤ ਵਧੀਆ ਸਵਾਲ ਹੈ, ਔਰ ਹਰ ਪੇਰੈਂਟ ਜਿਹਦੇ ਬੱਚੇ ਨੂੰ ਹੁੰਦਾ ਇਹ ਸਾਨੂੰ ਜ਼ਰੂਰ ਪੁੱਛਦਾ ਵੀ ਮੇਰੇ ਬੱਚੇ ਨੂੰ ਕਿਉਂ ਹੋਇਆ। ਜੀ ਜੀ, ਪਹਿਲਾਂ ਮੈਂ ਦੱਸਣਾ ਚਾਹੁੰਦਾ ਵੀ ਸੀਜ਼ਰ ਜਿਹਨੂੰ ਆਪਾਂ ਦੌਰਾ ਵੀ ਕਹਿ ਸਕਦੇ ਹਾਂ, ਮਿਰਗੀ ਵੀ ਕਹਿ ਦਿੰਦੇ ਹਾਂ, ਕਈ ਇਹਦੇ ਨਾਂ ਹੈਗੇ ਆ, ਔਰ ਇਹਦਾ ਪਿਛੋਕੜ ਇਹ ਸੀ ਵੀ ਅਗਰ ਆਪਾਂ ਲਿਟਰੇਚਰ ਰਿਵਿਊ ਕਰੀਏ ਕਈ ਹਜ਼ਾਰ ਸਾਲਾਂ ਤੋਂ ਇਹ ਡਾਕੂਮੈਂਟਡ ਹੁੰਦੇ ਆਏ ਆ, ਔਰ ਪਹਿਲਾਂ ਇਹ ਲੱਗਦਾ ਸੀ ਵੀ ਕੋਈ ਰੂਹਾਨੀਅਤ ਇਲਮ ਆ, ਕੋਈ ਸ਼ੈ ਆ ਗਈ ਆ, ਕੋਈ ਚੀਜ਼ ਨੇ ਫੜ ਲਿਆ ਤਾਂ ਇਹ ਇਨਸਾਨ ਇੱਦਾਂ ਬਿਹੇਵ ਕਰ ਰਿਹਾ, ਬਾਹਰਲੀ ਪੌਣ ਆ ਗਈ। ਹਾਂ, ਲੇਕਿਨ ਜਿਉਂ ਜਿਉਂ ਸਾਇੰਸ ਵਿਕਸਿਤ ਹੋਈ ਪਤਾ ਲੱਗਾ ਵੀ ਇਹ ਸਾਡੇ ਬ੍ਰੇਨ ਦੇ ਨਾਲ ਸੰਬੰਧ ਆ। ਹੁਣ ਸਾਡਾ ਜਿਹੜਾ ਬ੍ਰੇਨ ਹੈਗਾ ਉਹਦੇ ਵਿੱਚ ਘੱਟ ਤੋਂ ਘੱਟ 1 ਬਿਲੀਅਨ ਤੋਂ ਜ਼ਿਆਦਾ ਨਿਊਰੋਨਸ ਹੈਗੇ ਆ, ਔਰ ਸਾਡਾ ਜਿਹੜਾ ਮਿਲਕੀ ਵੇ ਆ ਜਦੋਂ ਸਾਡੀ ਪ੍ਰਿਥਵੀ ਔਰ ਸੂਰਜ ਆ ਉਹ 'ਚ 1 ਬਿਲੀਅਨ ਤਾਰੇ ਆ, ਔਰ 1 ਬਿਲੀਅਨ ਮਿਲਕੀ ਵੇ ਵੰਗਰ ਗੈਲੈਕਸੀਸ ਵੀ ਹੈਗੀਆਂ, ਇੱਦਾਂ ਸਾਇੰਸ ਕਹਿੰਦੀ ਆ। ਸੋ ਜਿਹੜੇ ਬਾਹਰ ਤਾਰੇ ਚਮਕ ਰਹੇ ਆ ਉਹੋ ਜਿਹੇ ਤਾਰੇ ਸਾਡੇ ਨਿਊਰੋਨਸ ਹੈਗੇ ਆ, ਔਰ ਜਿਹੜੇ ਸਾਡੇ ਨਿਊਰੋਨਸ ਇੱਕ ਦੂਜੇ ਨਾਲ ਗੱਲ ਕਰਦੇ ਆ, ਉਹ ਜਿੱਦਾਂ ਬੋਦੀ ਵਾਲਾ ਤਾਰਾ ਹੁੰਦਾ ਉਹਨਾਂ ਦਾ ਇੱਕ ਟੈਂਡਨ ਹੁੰਦਾ ਜਾਂ ਐਗਜ਼ੋਨ ਕਹਿੰਦੇ ਆ, AXON, ਉੱਥੋਂ ਦੀ ਕਰੰਟ ਜਿਹੜਾ ਚੱਲਦਾ ਉਹ ਅਲਟਰਾ ਮਿਲੀ ਸੈਕਿੰਡ 'ਚ ਚੱਲਦਾ। ਪਹਿਲਾਂ ਸਾਇੰਸ ਅੱਜ ਤੋਂ ਕਰੀਬਨ 70-80 ਸਾਲ ਤੱਕ ਸੋਚਦੇ ਰਹੇ ਵੀ ਬਿਜਲੀ ਦੀ ਹੀ ਵਾਇਰਿੰਗ ਹੈਗੀ ਆ, ਇਲੈਕਟ੍ਰਿਕ ਕਰੰਟ ਚੱਲ ਰਿਹਾ,
ਫਿਰ ਜਿਉਂ ਜਿਉਂ ਮਾਈਕਰੋਸਕੋਪ ਵਿਕਸਿਤ ਹੋਏ ਉਹਨਾਂ ਦੇਖਿਆ ਨਹੀਂ ਨਹੀਂ ਇੱਕ ਨਿਊਰੋਨ ਅਤੇ ਦੂਜੇ ਨਿਊਰੋਨ ਦੇ ਵਿੱਚ ਥੋੜ੍ਹਾ ਗੈਪ ਆ ਸਾਈਨੈਪਸ SYNAPSE ਉਹਦੇ ਜਿਹੜਾ ਕਰੰਟ ਆ ਕਿ ਉਹ ਕੈਮੀਕਲ ਬੇਸਿਸ ਬਣਦਾ ਜਿਹਨੂੰ ਆਪਾਂ ਨਿਊਰੋ ਟਰਾਂਸਮੀਟਰ ਕਹਿੰਦੇ ਹਾਂ ਸੋ ਪਹਿਲੋਂ ਇਲੈਕਟ੍ਰਿਕ ਹੁੰਦਾ ਫਿਰ ਕੈਮੀਕਲ ਬੇਸਿਸ ਹੁੰਦਾ ਉਹਦੇ ਨਾਲ ਕਰੰਟ ਗਾਂਹ ਜਾਂਦਾ ਹੁਣ ਨਿਊਰੋ ਟਰਾਂਸਮੀਟਰ ਜਿਹੜੇ ਹੈਗੇ ਸਾਇੰਸ ਨੇ ਕਰੀਬਨ 50 ਤੇ ਜਿਹੜੇ ਹੈਗੇ ਲੱਭ ਲਏ ਆ ਉਹਦੇ 'ਚ ਕਾਮਨ ਜਿਹੜੇ ਆਪਾਂ ਕਹਿੰਦੇ ਹੁੰਦੇ ਹਾਂ ਆਕਸੀਟੋਸਿਨ ਆ ਸੈਰੋਟੋਨਿਨ ਆ ਡੋਪਾਮਿਨ ਆ ਐਡਰੀਨਾਲਿਨ ਨੋਰ ਐਡਰੀਨਾਲਿਨ ਗਾਬਾ ਵਗੈਰਾ ਲੇਕਿਨ ਕਈ ਹਜ਼ਾਰ ਹੋਰ ਨਿਊਰੋ ਟਰਾਂਸਮੀਟਰ ਹੋ ਸਕਦੇ ਜਿਹਦਾ ਬੋਧ ਨਹੀਂ ਆ ਔਰ ਜਿਹਦੇ ਟੈਸਟਿੰਗ ਦੀ ਵੀ ਸਾਨੂੰ ਅਜੇ ਸਾਡੇ ਕੋਲ ਪਤਾ ਨਹੀਂ ਆ ਪੈਮਾਨੇ ਨਹੀਂ ਆ ਕੱਲ੍ਹ ਮੈਂ ਇੱਕ ਟੈਟ ਟੋਕ ਦੇਖ ਰਿਹਾ ਸੀ ਔਰ ਸੁਣ ਰਿਹਾ ਸੀ ਉਹਦੇ ਜਿਹੜਾ ਰੀਸਰਚ ਦਾ ਜਿਹੜਾ ਕਟਿੰਗ ਐਜ ਵਾਲਾ ਸਾਇੰਟਿਸਟ ਆ ਉਹ ਕਹਿੰਦਾ ਵੀ ਬ੍ਰੇਨ ਦੇ ਜਿਹੜੇ ਬਿਲੀਅਨ ਨਿਊਰੋਨਸ ਹੈਗੇ ਆ ਉਹਦੇ 'ਚ ਕੁਛ ਹੈਗੇ ਆ ਵੀ ਜਿਹੜੇ ਕਰੰਟ ਨੂੰ ਵਧਾਉਂਦੇ ਆ ਕੁਛ ਕਰੰਟ ਨੂੰ ਘਟਾਉਂਦੇ ਆ ਅਤੇ ਆਪਸ ਦੇ ਵਿੱਚ ਇੱਕ ਬੋਲੀ ਬੋਲਦੇ ਆ ਉਹ ਇੱਕ ਮਿਊਜ਼ੀਕਲ ਰਿਦਮ ਬਣਦਾ ਉਹਨਾਂ ਦਾ ਔਰ ਘੱਟ ਤੋਂ ਘੱਟ 150 ਡਿਫਰੈਂਟ ਟਾਈਪ ਦੀ ਬੋਲੀਆਂ ਅੰਦਰ ਬੋਲੀ ਜਾਂਦੀਆਂ ਉਹਨਾਂ ਦੇ ਆਪ ਦੇ ਜਿਹੜੇ ਇੱਕ ਦੂਜੇ ਨੂੰ ਕਮਿਊਨੀਕੇਸ਼ਨ ਦੇ ਪੈਮਾਨੇ ਅਲੱਗ ਕੋਡ ਬਣੇ ਹਾਂਜੀ ਜਿਹੜਾ ਇਹ ਕਰੰਟ ਆ ਐਕਸ਼ਨ ਪੋਟੈਂਸ਼ੀਅਲ ਜਦੋਂ ਆਪਣੇ ਥਰੈਸ਼ਹੋਲਡ ਤੋਂ ਉੱਤੇ ਚਲੇ ਜਾਂਦਾ ਉਹ ਕਰੰਟ ਜਿਹੜਾ ਲੀਕ ਹੁੰਦਾ ਉਹਦੇ ਨਾਲ ਸੀਜ਼ਰ ਹੁੰਦਾ ਜਿੱਦਾਂ ਸਮਝੋ ਇੱਕ ਨਦੀ ਬਹਿ ਰਹੀ ਆ ਜਾਂ ਓਸ਼ਨ 'ਚ ਛੱਲਾਂ ਆ ਰਹੀਆਂ ਆਰਾਮ ਦੇ ਨਾਲ ਚੱਲ ਰਹੀਆਂ ਜਾਂ ਅਗਰ ਤੂਫਾਨ ਆ ਗਿਆ ਜਾਂ ਸੁਨਾਮੀ ਆ ਗਈ ਤਾਂ ਉਹਨੇ ਚੁੱਕ ਕੇ ਸਾਰੀਆਂ ਚੀਜ਼ਾਂ ਪਰੇ ਕਰ ਦੇਣੀਆਂ ਉਹੀ ਬ੍ਰੇਨ ਦੇ ਵਿੱਚ ਉਹ ਚੱਲਦਾ ਪੈਟਰਨ ਜਿਹਦੇ ਕਰਕੇ ਸੀਜ਼ਰ ਜਾਂ ਦੌਰਾ ਪੈਂਦਾ ਉਹਦੇ ਵਿੱਚ ਸਾਡੇ ਜੈਨੇਟਿਕਸ ਬਹੁਤ ਇੰਪੋਰਟੈਂਟ ਹੈਗਾ ਕਈ ਫੈਕਟਰਸ ਹੈਗੇ ਆ ਵੀ ਸਾਡੇ ਸ਼ੂਗਰ ਸਾਡਾ ਲੂਣ ਜਿਹਦੇ ਸੋਡੀਅਮ ਪੋਟੇਸ਼ੀਅਮ ਕੈਲਸ਼ੀਅਮ ਫੋਸਫਰਸ ਮੈਗਨੀਸ਼ੀਅਮ ਇਹਦਾ ਵਧਣਾ ਜਾਂ ਘਟਣਾ ਉਹ ਵੀ ਸੀਜ਼ਰ ਪ੍ਰੋਡਿਊਸ ਕਰ ਸਕਦਾ ਕਈ ਇਨਫੈਕਸ਼ਨਸ ਕਰ ਸਕਦੇ ਆ ਸੱਟ ਲੱਗਣ ਤੋਂ ਹੋ ਸਕਦਾ ਬਲੱਡ ਵੈਸਲ ਜਿਹੜੀ ਹੈਗੀ ਆ ਉਹ ਵੱਧ ਗਈ ਆ ਐਨੋਰਿਜ਼ਮ ਹੈਗਾ ਕੋਈ ਸੋਜ ਆ ਟਿਊਮਰ ਆ ਸਟਰੋਕ ਆ ਕੋਈ ਵੀ ਚੀਜ਼ ਤੋਂ ਸੀਜ਼ਰ ਹੋ ਸਕਦਾ ਲੇਕਿਨ ਬੱਚਿਆਂ ਦੇ ਵਿੱਚ ਅਸੀਂ ਦੇਖੀਏ ਤਾਂ ਕਰੀਬਨ 95% 'ਚ ਜਦੋਂ ਅਸੀਂ ਸਕੈਨਿੰਗ ਸਕੂਨਿੰਗ ਸਾਰੇ ਕਰਦੇ ਹਾਂ ਸਾਨੂੰ ਕਾਰਨ ਨਹੀਂ ਲੱਭਦਾ ਐਡਰਸ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਕਾਰਨ ਲੱਭ ਜਾਂਦਾ 50% ਦੇ ਵਿੱਚ ਵੀ ਆਹ ਰੀਜ਼ਨ ਵੀ ਹੋ ਸਕਦਾ ਸੀਜ਼ਰ ਦਾ ਸੋ ਸੀਜ਼ਰ ਸਿਰਫ ਇੱਕ ਵਾਰੀ ਦੌਰਾ ਪੈ ਜਾਣਾ ਔਰ ਆਮ ਕਰਕੇ ਜਦੋਂ ਆਪਾਂ ਦੇਖਦੇ ਹਾਂ ਆਪਾਂ ਮੂਵੀਜ਼ 'ਚ ਵੀ ਦੇਖਿਆ ਜਾਂ ਹੋਰ ਵੀ ਦੇਖਿਆ ਹੋਊਗਾ ਪੂਰਾ ਬੋਡੀ ਸ਼ੇਕ ਹੋ ਗਈ ਅੱਖਾਂ ਚੜ ਗਈਆਂ ਬੋਡੀ ਸ਼ੇਕ ਹੋ ਕੇ ਫਿਰ ਹੌਲੀ 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 ਮੂੰਹ ਤੋਂ ਝੱਗ ਆ ਗਈ ਅਤੇ ਕੁਛ ਮਿੰਟਾਂ ਬਾਅਦ ਬੰਦਾ ਥੋੜ੍ਹਾ ਜਿਹਾ ਬੇਹੋਸ਼ ਹੋ ਗਿਆ ਉਹਨੂੰ ਕਹਿੰਦੇ ਪੋਸਟ ਇਕਟਲ 15-20 ਮਿੰਟ ਫਿਰ ਬੈਕ ਟੂ ਨੋਰਮਲ ਜਦੋਂ ਇਹ ਹੁੰਦਾ ਕਈ ਵਾਰ ਜ਼ਬਾਨ ਜਿਹੜੀ ਦੰਦੀ ਵੱਢੀ ਜਾਂਦੀ ਹੈ ਕਈ ਵਾਰ ਜਿਹੜੀ ਹੈਗੀ ਹੈ ਪਿਸ਼ਾਬ ਜਾਂ ਟੱਟੀ ਵੀ ਲੀਕ ਆਊਟ ਹੋ ਜਾਂਦੀ ਹੈ ਕਿਉਂਕਿ ਕੰਟਰੋਲ ਨਹੀਂ ਰਹਿੰਦਾ ਇੰਨੀ ਜ਼ੋਰ ਦੀ ਬੋਡੀ ਦੀ ਜਿਹੜੀ ਹੈਗੀ ਐਕਟੀਵਿਟੀ ਚੱਲ ਰਹੀ ਹੈ ਅਗਰ 2 ਸੀਜ਼ਰ ਜਾਂ ਉਸ ਤੋਂ ਜ਼ਿਆਦਾ ਹੋਣ ਤਾਂ ਅਸੀਂ ਉਹਦਾ ਨਾਂ ਇਪੀਲੈਪਸੀ ਰੱਖਦੇ ਹਾਂ ਜਦੋਂ ਆਪਾਂ ਇੰਟਰਨੈਸ਼ਨਲ ਲੀਗ ਅਗੇਂਸਟ ਇਪੀਲੈਪਸੀ ਜਿਹੜੀ ਇੱਕ ਬੋਡੀ ਆ ਇੰਟਰਨੈਸ਼ਨਲ ਬੋਡੀ ਆ ਉਹਨੇ ਡੈਫੀਨੇਸ਼ਨ ਸਾਨੂੰ ਦਿੱਤੇ ਬੜੇ ਸੌਖੇ ਕਰਤੇ ਨਹੀਂ ਤਾਂ ਬਹੁਤ ਸਾਰੇ ਡੈਫੀਨੇਸ਼ਨ ਹੁੰਦੇ ਇੱਕ ਹੁੰਦੇ ਜਨਰਲਾਈਜ਼ ਸੀਜ਼ਰ ਜਿਹਦੇ ਵਿੱਚ ਆਪਾਂ ਗ੍ਰੈਂਡ ਮਾਲ ਜਾਂ ਟੋਨਿਕ ਲੋਨੇ ਕਹਿੰਦੇ ਹਾਂ ਪੂਰੀ ਬੋਡੀ ਜਿਹੜੀ ਸ਼ੇਕ ਹੋ ਗਈ ਇੱਕ ਹੁੰਦੇ ਪਾਰਸ਼ਲ ਸੀਜ਼ਰ ਵੀ ਮੇ ਬੀ ਇੱਕ ਹੱਥ ਹੀ ਸ਼ੇਕ ਹੋ ਰਿਹਾ ਜਾਂ ਇੱਕ ਲੱਤ ਸ਼ੇਕ ਹੋ ਰਹੀ ਆ ਇੱਕ ਹੈੱਡ ਹੀ ਸ਼ੇਕ ਹੋ ਰਿਹਾ ਉਹਦੇ 'ਚ ਫਿਰ ਉਹਨਾਂ ਨੇ ਕਲਾਸੀਫਾਈ ਕੀਤਾ ਵੀ ਸਿੰਪਲ ਪਾਰਸ਼ਲ ਅਤੇ ਕੰਪਲੈਕਸ ਪਾਰਸ਼ਲ ਸਿੰਪਲ ਅਰਥ ਹੁੰਦਾ ਵੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੇਰੀ ਬੋਡੀ ਸ਼ੇਕ ਹੋ ਰਹੀ ਲੇਕਿਨ ਮੈਨੂੰ ਪਤਾ ਤੁਸੀਂ ਕੌਣ ਹੋ ਮੈਨੂੰ ਪੂਰੀ ਅਵੇਅਰਨੈਸ ਹੈਗੀ ਆ ਮੇਰੇ ਲੱਗੇ ਚੱਗੇ ਕੀ ਆ ਕੰਪਲੈਕਸ 'ਚ ਮੈਂ ਬੋਂਦਲ ਗਿਆ ਮੈਨੂੰ ਕੁਛ ਨਹੀਂ ਪਤਾ ਲੱਗ ਰਿਹਾ ਮਰ ਇੱਕ ਲੇਕਿਨ ਪੂਰੀ ਬੋਡੀ ਸ਼ੇਕ ਨਹੀਂ ਹੋ ਰਹੀ ਖਾਲੀ ਇੱਕ ਅੰਗ ਹੀ ਸ਼ੇਕ ਹੋ ਰਿਹਾ ਪਰ ਜਿਹੜੇ ਵੀ ਸੀਜ਼ਰ ਨੇ ਡਾਕਟਰ ਸਾਹਿਬ ਇਹਨਾਂ ਦੇ ਨਾਲ ਮੌਤ ਤਾਂ ਨਹੀਂ ਹੁੰਦੀ ਜਿਹੜੇ ਬਹੁਤਾ ਕਰਕੇ ਜਦੋਂ ਅਟੈਕ ਹੁੰਦੇ ਆ ਬਹੁਤ ਸ਼ੋਰਟ ਅਟੈਕ ਹੁੰਦੇ ਆ 2-5 ਮਿੰਟ ਦੇ ਇੱਕ ਹੁੰਦੀ ਆ ਸਟੇਟਸ ਇਪੀਲੈਪਟਿਕਸ ਜਿਹੜੀ ਪੁਰਾਣੇ ਬੁੱਕਾਂ 'ਚ 30 ਮਿੰਟ ਦਾ ਡੈਫੀਨੇਸ਼ਨ ਹੁੰਦਾ ਸੀ ਅੱਜ ਕੱਲ੍ਹ ਅਸੀਂ 20 ਮਿੰਟ ਅਸੀਂ ਕਹਿੰਦੇ ਹਾਂ ਵੀ 20 ਮਿੰਟ ਦੇ ਉੱਤੇ ਅਗਰ ਸੀਜ਼ਰ ਚੱਲ ਰਿਹਾ ਫਿਰ ਉਹ ਆਪਾਂ ਸਟੇਟਸ ਦੇ ਵਿੱਚ ਹੀ ਜਾਣਾ ਵੀ ਜਦ ਤੱਕ ਅਸੀਂ ਉਹਦੀ ਟ੍ਰੀਟਮੈਂਟ ਕਰਨੀ ਸ਼ੁਰੂ 30 ਤਾਂ ਹੋ ਹੀ ਜਾਣੇ ਹੈ ਨਾ ਸੋ ਸਟੇਟਸ ਇਪੀਲੈਪਟਿਕਸ ਦੇ ਵਿੱਚ ਜਿਹੜਾ ਹੈਗਾ ਕਾਫੀ ਪ੍ਰੋਬਲਮ ਆ ਸਕਦੀ ਹੈ ਚੋਕਿੰਗ ਹੋ ਸਕਦੀ ਆ ਉਲਟੀ ਹੋ ਕੇ ਜਿਹੜਾ ਹੈਗਾ ਉਹ ਫੂਡ ਜਿਹੜਾ ਸਾਹ ਦੀ ਨਾਲੀ 'ਚ ਜਾ ਸਕਦਾ ਉੱਦਾਂ ਬ੍ਰੇਨ ਵੱਲੋਂ ਨਹੀਂ ਹੁੰਦਾ ਬ੍ਰੇਨ ਵੱਲੋਂ ਪ੍ਰੋਬਲਮ ਨਹੀਂ ਆਉਂਦੀ ਜਿਹੜੀ ਕੰਪਲੀਕੇਸ਼ਨ ਉਹਨੇ ਕ੍ਰੀਏਟ ਕੀਤੀ ਸੀਜ਼ਰ ਨੇ ਜਿੱਦਾਂ ਵੀ ਉਹਨੂੰ ਉਲਟੀ ਆਉਣ ਲੱਗੀ ਉਲਟੀ ਜਿਹੜੀ ਉਹਦੀ ਐਸਪੀਰੇਸ਼ਨ ਹੋਈ ਉਹ ਚੁੱਕ ਹੋ ਗਿਆ ਇਸ ਲਈ ਜਿਹੜਾ ਫਸਟ ਏਡ ਜਿਹੜਾ ਹੈਗਾ ਉਹ ਇਹੀ ਦੱਸਦਾ ਵੀ ਅਗਰ ਕਿਸੇ ਨੂੰ ਸੀਜ਼ਰ ਹੋ ਗਿਆ ਪਹਿਲਾਂ ਤਾਂ ਉਹਦੀ ਸੇਫਟੀ ਲੱਭੋ ਅਗਰ ਉਹ ਪੌੜੀਆਂ 'ਚ ਹੈਗਾ ਤਾਂ ਉਹਨੂੰ ਬਿਠਾਓ ਅਗਰ ਉਹ ਪਾਣੀ 'ਚ ਹੈਗਾ ਤਾਂ ਉਹ ਬਾਹਰ ਕੱਢੋ ਉਹਦੀ ਸੇਫਟੀ ਦੇਖੋ ਉਹਨੂੰ ਲੰਮੇ ਪਾਓ ਅਗਰ ਉਹਦਾ ਸਿਰ ਥੋੜ੍ਹਾ ਜਿਹਾ ਉੱਤੇ ਰੱਖੋ ਭਾਵੇਂ ਆਪਣੀ ਗੋਦੀ 'ਚ ਰੱਖ ਲਓ ਜਾਂ ਤੁਹਾਡੇ ਕੋਲ 2-4 ਕੰਬਲ ਹੈਗੇ ਜਾਂ ਜੋ ਵੀ ਚੀਜ਼ ਹੈਗੀ ਆ ਥੋੜ੍ਹਾ ਉੱਚਾ ਰੱਖੋ ਤਾਂ ਉਹਦੇ ਬੋਡੀ ਸਾਈਡ 'ਚ ਕਰੋ ਅਗਰ ਬੋਡੀ ਇੱਦਾਂ ਜਿੱਦਾਂ ਆਪਾਂ ਬੈਕ 'ਤੇ ਪੈਂਦੇ ਹਾਂ ਤਾਂ ਐਸਪੀਰੇਸ਼ਨ ਦੇ ਚਾਂਸਿਸ ਵੱਧ ਗਏ ਅਗਰ ਸਾਈਡ 'ਚ ਅਗਰ ਉਹਦੀ ਉਲਟੀ ਆ ਵੀ ਰਹੀ ਹੈ ਉਹ ਤੋਂ ਬਾਹਰ ਚਲੀ ਜਾਊਗੀ ਸਾਹ ਦੀ ਨਾਲੀ 'ਚ ਨਹੀਂ ਜਾਊਗੀ ਔਰ
ਪੇਸ਼ੈਂਸ ਰੱਖੋ, ਚੀਕਾਂ ਨਾ ਮਾਰ ਰਹੀ ਹਾਏ ਕੀ ਹੋ ਗਿਆ, ਕਰਲਾਉਣਾ, ਰੋਣਾ, ਧੋਣਾ। ਔਰ ਅਗਰ ਟਾਈਮਿੰਗ ਜਿਹੜੀ ਹੈਗੀ 5 ਮਿੰਟ ਦੇ ਉੱਤੇ ਹੈ ਤਾਂ ਜ਼ਰੂਰ 911 ਨੂੰ ਕਾਲ ਕਰਨਾ ਚਾਹੀਦਾ। ਲੇਕਿਨ ਬਹੁਤਾਰਤਰ ਸੀਜ਼ਰ ਜਿਹੜੇ 95% ਤੋਂ ਜ਼ਿਆਦਾ ਸੀਜ਼ਰ ਕੁਛ ਮਿੰਟ ਦੇ ਹੀ ਹੁੰਦੇ ਆ, ਔਰ ਕੁਛ ਲੋਕਾਂ ਨੂੰ ਉਹਨਾਂ ਨੇ ਬੈਂਡ ਵੀ ਪਾਇਆ ਹੁੰਦਾ ਵੀ ਮੈਨੂੰ ਇਪੀਲੈਪਸੀ ਹੈਗੀ ਆ, ਸੋ ਉਹਦੇ ਵਿੱਚ ਇੰਨੀ ਵਰੀ ਨਹੀਂ ਹੁੰਦੀ। ਹੁਣ ਇੱਕ ਕੰਡੀਸ਼ਨ ਹੈਗੀ ਆ ਜਿਹੜੀ ਬੱਚਿਆਂ ਦੇ ਵਿੱਚ ਟੀਚਰ ਸਾਨੂੰ ਜਿਹੜੇ ਹੈਗੇ ਆ ਉਹ ਰਿਪੋਰਟ ਭੇਜਦੇ ਆ ਵੀ ਬੱਚਾ ਚੰਗਾ ਭਲਾ ਮੇਰੇ ਵੱਲ ਦੇਖ ਰਿਹਾ, ਹੁਣ ਉਹ ਫੇਜ਼ ਆਊਟ ਹੋ ਗਿਆ, ਉਹਨੂੰ ਬੁਲਾਉਂਦੇ ਆ, ਉਹ ਧਿਆਨ ਨਹੀਂ ਦਿੰਦਾ, ਬਸ ਅੱਖਾਂ ਖੜ ਗਈਆਂ, ਉਹਨੂੰ ਆਪਾਂ ਕਹਿੰਦੇ ਐਪਸੌਂਸ ਸੀਜ਼ਰ ਜਾਂ ਪੈਟਿਟ ਮਾਲ। ਉਹ ਵੀ ਮਿਰਗੀ ਦੀ ਹੀ ਕਿਸਮ ਹੈ? ਇੱਕ ਮਿਰਗੀ ਦੀ ਕਿਸਮ ਹੈ, ਉਹਨੂੰ ਪਹਿਲਾਂ ਪੈਟਿਟ ਮਾਲ ਕਹਿੰਦੇ, ਪੈਟਿਟ ਦਾ ਅਰਥ ਹੁੰਦਾ ਛੋਟੀ, ਉਹਦਾ ਨਾਂ ਸੀ ਛੋਟੀ ਮਿਰਗੀ, ਲੇਕਿਨ ਉਹਦਾ ਨਾਂ ਹੁਣ ਆਪਾਂ ਐਪਸੌਂਸ, ਵੀ ਸਡਨਲੀ ਉਹ ਸਪੇਸ ਆਊਟ ਹੋ ਗਿਆ, ਐਬਸੈਂਟ ਹੋ ਗਿਆ। ਹੁਣ ਹਰ ਇੱਕ ਸੀਜ਼ਰ ਦੇ ਵਿੱਚ ਜਿਹੜਾ ਅਸੀਂ ਈਈਜੀ ਟੈਸਟ ਕਰਾਂਗੇ, ਉਹ ਸਟਿੱਕਰ ਲਾ ਕੇ ਵਾਇਰਾਂ ਹੁੰਦੀਆਂ ਜਿਹੜੀ ਮਸ਼ੀਨ ਹੈ, ਜਿੱਦਾਂ ਹਾਰਟ ਦੀ ਹੁੰਦੀ ਕਾਰਡੋਗ੍ਰਾਮ, ਇੱਦਾਂ ਹੁੰਦੀ ਇਲੈਕਟ੍ਰੋ ਐਨਸੈਫਲੋਗ੍ਰਾਮ, ਉਹਦੇ ਵਿੱਚ ਡਿਫਰੈਂਟ ਡਿਫਰੈਂਟ ਸੀਜ਼ਰ ਦੇ ਡਿਫਰੈਂਟ ਡਿਫਰੈਂਟ ਪੈਮਾਨੇ ਹੋਣਗੇ। ਜਿਹੜਾ ਐਪਸੌਂਸ ਸੀਜ਼ਰ ਹੈ ਉਹਦਾ 3 ਪਰ ਸੈਕਿੰਡ ਸਪਾਈਕ ਐਂਡ ਵੇਵ ਆਊਗਾ, ਉਹਦਾ ਕਲਾਸਿਕ ਡਾਇਗਨੋਸਿਸ ਆਊਗਾ। ਉਹਦੀ ਦਵਾਈ ਵੀ ਜਿਹੜੀ ਹੈਗੀ ਆ ਉਹ ਕਲਾਸਿਕ ਹੈਗੀ ਆ, ਇਥਮਬੂਟਾਲ ਜਾਂ ਵਾਈਗੈਬਟ੍ਰਿਨ, ਉਹ ਸਪੈਸੀਫਿਕ ਉਹਦੇ ਵਾਸਤੇ। ਜਿਹੜਾ ਜਨਰਲਾਈਜ਼ ਸੀਜ਼ਰ ਹੈ ਪੂਰੇ ਬ੍ਰੇਨ 'ਚ ਐਕਟੀਵਿਟੀ ਆਊਗੀ ਔਰ ਸਪਾਈਕ ਔਰ ਵੇਵਸ ਹੋਣਗੇ। ਉਹਦੇ ਵਿੱਚ ਦਵਾਈਆਂ ਬਹੁਤ ਸਾਰੀਆਂ ਹੈਗੀਆਂ, ਜਿੱਦਾਂ ਵਾਲਪ੍ਰੋਇਕ ਐਸਿਡ ਹੈਗਾ, ਕਾਰਬਾਮੈਜ਼ੇਪਿਨ ਹੈਗੀ ਆ, ਟੋਪੀਆਮੇਟ ਹੈਗੀ ਆ, ਬਹੁਤ ਨਵੀਆਂ ਦਵਾਈਆਂ ਵੀ ਆ ਰਹੀਆਂ। ਕੋਈ ਇਫੈਕਟਿਵ ਨੇ ਦਵਾਈਆਂ ਸਰ? ਹਾਂਜੀ, 80% ਤੋਂ ਜ਼ਿਆਦਾ ਜਿਹੜਾ ਇਫੈਕਟਿਵਨੈਸ ਹੈਗਾ ਦਵਾਈਆਂ ਦਾ। ਔਰ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਨੂੰ ਮੈਂ ਸਟਾਰਟ ਕਰਦਾ ਦਵਾਈਆਂ, ਦੇਖੋ ਉਹਨਾਂ ਦੀ ਸਾਨੂੰ ਸੀਟੀ ਸਕੈਨ ਜਾਂ MRI ਵੀ ਕਰਨੀ ਪੈਂਦੀ ਆ, ਬਿਕੋਜ਼ ਸਟਰਕਚਰਲ ਲੀਜ਼ਨ ਹੈਗਾ ਕਿ ਨਹੀਂ ਹੈਗਾ। ਲੇਕਿਨ ਅਗਰ ਸਮਝੋ ਸਾਰਾ ਅਸੀਂ ਰੂਲ ਆਊਟ ਕਰ ਲਿੱਤਾ, ਸਿਰਫ ਉਹਨਾਂ ਨੂੰ EEG ਦੇ ਉੱਤੇ ਸੀਜ਼ਰ ਆ ਰਿਹਾ, ਬਲੱਡ ਟੈਸਟ ਸਾਰੇ ਠੀਕ ਆ, MRI ਠੀਕ ਆ, ਅਤੇ ਉਹਨਾਂ ਨੂੰ ਘੱਟ ਤੋਂ ਘੱਟ 3 ਸਾਲ ਅਸੀਂ ਕਹਿੰਦੇ ਹਾਂ ਵੀ ਦਵਾਈ ਤੁਹਾਨੂੰ ਲੈਣੀ ਪੈਣੀ ਆ, ਔਰ ਉਹ 3 ਸਾਲ ਦੇ ਵਿੱਚ ਅਗਰ 2 ਸਾਲ ਦੇ ਵਿੱਚ ਉਹਨਾਂ ਕੋਈ ਸੀਜ਼ਰ ਨਹੀਂ ਹੋਇਆ, ਫਿਰ ਅਸੀਂ 2.5 ਸਾਲ ਦੇ ਲੱਗ ਜਾ ਕੇ EEG ਰਿਪੀਟ ਕਰੀਦੀ ਆ। ਅਗਰ EEG ਉਹਨਾਂ ਦੀ ਨੋਰਮਲ ਆ ਰਹੀ ਆ, ਫਿਰ ਆਉਣ ਵਾਲੇ 2-3 ਮਹੀਨਿਆਂ 'ਚ ਹੌਲੀ 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 ਦਵਾਈ ਟੇਪਰ ਕਰਕੇ ਬੰਦ ਕਰੀਦੀ ਆ, ਔਰ ਕਰੀਬਨ 60-70% ਸਾਨੂੰ ਸਕਸੈਸ ਮਿਲ ਜਾਂਦਾ। ਜਿਹੜੀ ਮਿਰਗੀ ਆ, ਐਪਲਿਪਸੀ ਆ, ਇੱਕ ਤਾਂ ਇਕੱਲੀ ਹੋ ਸਕਦੀ ਆ, ਜੇ ਇਹ ਕੰਬਾਈਂਡ ਆ ਆਟਿਜ਼ਮ ਨਾਲ ਜਾਂ ਕਿਸੇ ਹੋਰ ਬਿਮਾਰੀ ਦੇ ਨਾਲ, ਫਿਰ ਜੇ ਇਹਦਾ ਇਲਾਜ ਕਰ ਵੀ ਦਿੰਦੇ ਹੋ, ਦੂਸਰੀ ਬਿਮਾਰੀ ਤਾਂ ਉਸੇ ਤਰ੍ਹਾਂ ਰਹਿੰਦੀ, ਉਹਦੀ ਫਿਰ ਅੱਡ ਟ੍ਰੀਟਮੈਂਟ ਕਰਨੀ ਪੈਂਦੀ? ਦੇਖੋ ਜਿਹੜੇ ਆਟਿਜ਼ਮ ਹੈਗੀ ਆ, ADHD ਹੈਗੀ ਆ, ਡਿਵਲਪਮੈਂਟਲ ਬ੍ਰੇਨ ਡਿਸਆਰਡਰਸ ਹੈਗੇ ਆ, ਹੈ ਨਾ, ਉਹ ਬੜੇ ਔਖੇ ਆ ਟ੍ਰੀਟ ਕਰਨੇ, ਉਹਦਾ ਵੀ ਜੈਨੇਟਿਕ ਬੇਸਿਸ ਹੈਗਾ। ਉਹਦੀ ਦਵਾਈਆਂ ਜਿਹੜੀਆਂ ਹੈਗੀਆਂ ਕਈ ਵਾਰ ADHD ਦੀਆਂ, ਸਾਨੂੰ ਐਮਫੈਟਮੀਨਸ ਜਿਹੜੀ ਹੈਗੀ ਆ ਰਿਟਲਿਨ ਆ, ਬਾਇਓਫੈਂਟਿਨ ਆ, ਕੰਸਰਟ ਆ, ਵਾਇਬੈਂਸ ਆ, ਜਿਹੜਾ ਅਗਰ ਸੁਭਾਅ ਉਹਨਾਂ ਦਾ ਬਹੁਤ ਰੁੱਖਾ, ਤਾਂ ਸਾਨੂੰ ਐਂਟੀਸਾਈਕੋਟਿਕ ਦੇਣੀ ਪੈਂਦੀ ਹੈ, ਜਿੱਦਾਂ ਰਿਸਪੈਰੀਡੋਨ, RISPERIDONE। ਔਰ ਅਗਰ ਉਹਨਾਂ ਨੂੰ ਮਿਰਗੀ ਹੈਗੀ ਹੈ ਤਾਂ ਮਿਰਗੀ ਦੀ ਦਵਾਈ ਵੀ ਐਡ ਕਰਨੀ ਪੈਂਦੀ ਆ ਉਹਦੇ ਵਿੱਚ। ਔਰ ਕਈ ਵਾਰ ਦਵਾਈਆਂ ਦਾ ਆਪਸ ਦੇ ਵਿੱਚ ਤਾਲਮੇਲ ਠੀਕ ਨਹੀਂ ਬਣਦਾ, ਸੋ ਕਈ ਵਾਰ ਇੱਕ ਦਵਾਈ ਟਰਾਈ ਕਰਕੇ ਦੂਜੀ ਟਰਾਈ ਕਰਨੀ ਪੈਂਦੀ ਹੈ, ਸੋ ਉਹਦੇ ਸਾਈਡ ਇਫੈਕਟ ਵੀ ਹੈਗੇ ਦਵਾਈਆਂ ਦੇ। ਦੂਜਾ, ਕਈ ਦਵਾਈਆਂ ਜਿਹੜੀਆਂ ਹੈਗੀਆਂ, ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਵਾਲਪ੍ਰੋਇਕ ਐਸਿਡ, ਜਿਹੜੀ ਕਾਰਬਾਮੈਜ਼ੇਪਿਨ ਜਾਂ ਟੈਗਰੇਟੋਲ, ਇਹਦੇ ਬਕਾਇਦਾ ਲੈਵਲ ਵੀ ਚੈੱਕ ਕਰਨੇ ਪੈਂਦੇ ਆ ਬਲੱਡ ਦੇ ਵਿੱਚ, ਲਿਵਰ ਫੰਕਸ਼ਨ ਵੀ ਟੈਸਟ ਕਰਨੇ ਪੈਂਦੇ ਆ, ਕਈ ਵਾਰ ਵਾਈਟ ਸੈੱਲ ਦੇ ਉੱਤੇ ਇਫੈਕਟ ਕਰਦੇ ਆ। ਅੱਛਾ ਡਾਕਟਰ ਸਾਹਿਬ, ਜਿਹੜੇ ਸੀਜ਼ਰ ਹੋ ਰਹੇ ਨੇ ਜਾਂ ਹੁੰਦੇ ਆ ਬੱਚਿਆਂ ਨੂੰ, ਕਈਆਂ ਨੂੰ ਮਿਰਗੀ ਨਹੀਂ ਵੀ ਹੁੰਦੀ, ਵੈਸੇ ਵੀ ਦੌਰਾ ਪੈ ਜਾਂਦਾ, ਤੇਜ਼ ਬੁਖਾਰ ਨਾਲ ਵੀ ਦੌਰਾ ਪੈ ਸਕਦਾ? ਹਾਂਜੀ, ਇਹ ਬਹੁਤ ਕਾਮਨ ਹੈਗਾ, ਔਰ ਇਹਨੂੰ ਆਪਾਂ ਫੈਬਰਾਈਲ ਸੀਜ਼ਰ ਕਹਿੰਦੇ ਹਾਂ। ਵੀ ਬੱਚੇ ਬਿਲਕੁਲ ਠੀਕ ਆ, ਉਹ ਸਹੀ ਟਾਈਮ 'ਤੇ ਬੋਲੇ, ਸਹੀ ਟਾਈਮ 'ਤੇ ਤੁਰੇ, ਉਹਨਾਂ ਦਾ ਡਿਵਲਪਮੈਂਟ ਵਿਕਾਸ ਸਹੀ ਸੀ, ਲੇਕਿਨ ਬੁਖਾਰ ਕਰਕੇ ਉਹਨਾਂ ਨੂੰ ਮਿਰਗੀ ਦਾ ਦੌਰਾ ਹੋਇਆ, ਔਰ ਇਹ ਬਹੁਤ ਸ਼ਾਰਟ ਲਿਵਡ ਹੁੰਦੇ ਆ, 1-2 ਮਿੰਟ ਤੱਕ ਹੀ ਹੁੰਦੇ ਆ। ਔਰ 6 ਮਹੀਨੇ ਤੋਂ 6 ਸਾਲ ਦੇ ਵਿੱਚ ਇਹ ਬੱਚਿਆਂ ਦੇ ਵਿੱਚ ਅਸੀਂ ਦੇਖਦੇ ਹਾਂ। ਇਹਨਾਂ ਦੇ ਵਿੱਚ ਅਸੀਂ EEG ਟੈਸਟ, ਬ੍ਰੇਨ ਸਕੈਨਿੰਗ ਵਗੈਰਾ ਨਹੀਂ ਕਰੀਦੀ। ਬਹੁਤਾ ਕਰਕੇ ਬੁਖਾਰ ਉਹਨਾਂ ਦਾ ਰੀਜ਼ਨ ਵੀ ਵਾਇਰਲ ਹੁੰਦਾ, ਲੇਕਿਨ ਕਈ ਵਾਰ ਕੰਨ 'ਚ ਇਨਫੈਕਸ਼ਨ ਹੋ ਸਕਦਾ, ਨਿਮੋਨੀਆ, ਯੂਰਿਨ 'ਚ ਇਨਫੈਕਸ਼ਨ। ਸੋ ਸਾਨੂੰ ਉਹ ਕਲੀਨਿਕਲ ਬੈਕਗਰਾਊਂਡ ਤੋਂ ਲੈ ਕੇ ਉਹਨਾਂ ਦੀ ਕਈ ਵਾਰ ਬੇਸਿਕ ਥੋੜ੍ਹੇ ਜਿਹੇ ਬਲੱਡ ਯੂਰਿਨ ਟੈਸਟ ਸ਼ਾਇਦ ਕਰਨੇ ਪੈਂਦੇ ਆ, ਲੇਕਿਨ ਬਹੁਤਾ ਐਕਸਟੈਂਸਿਵ ਚੈੱਕਅਪ ਨਹੀਂ ਕਰਨਾ ਪੈਂਦਾ। ਹੁਣ ਅਗਰ ਬੱਚੇ ਨੂੰ ਫੈਬਰਾਈਲ ਸੀਜ਼ਰ ਹੋ ਗਿਆ, ਉਹਨੂੰ 40% ਚਾਂਸ ਹੈਗਾ ਵੀ ਅਗਲੀ ਵਾਰ ਬੁਖਾਰ ਹੋਊਗਾ ਅਤੇ ਸੀਜ਼ਰ ਹੋਣ ਦੀ ਸੰਭਾਵਨਾ। ਇਸ ਲਈ ਉਦੋਂ ਪੇਰੈਂਟਸ ਨੂੰ ਕਾਉਂਸਲ ਕਰੀਦਾ ਵੀ ਤੁਸੀਂ ਆਪਣੇ ਕੋਲ ਟਾਇਲਨੋਲ ਸਹੀ ਅਮਾਊਂਟ 'ਚ ਰੱਖੋ, ਇੱਕ ਥਰਮਾਮੀਟਰ ਰੱਖੋ, ਔਰ ਜਦੋਂ ਫੀਵਰ ਉੱਤੇ ਚੜ੍ਹ ਰਿਹਾ ਹੁੰਦਾ ਉਦੋਂ ਸੀਜ਼ਰ ਹੋਣ ਦੀ ਸੰਭਾਵਨਾ ਹੁੰਦੀ ਹੈ। ਪੰਜਾਬੀਆਂ ਦੇ ਵਿੱਚ 3-5% ਇੰਡੀਅਨ ਡਿਸੈਂਟਸ ਦੇ ਵਿੱਚ ਅਸੀਂ ਦੇਖਦੇ ਹਾਂ, ਇਹ ਜ਼ਿਆਦਾ ਹੈਗੀ ਆ ਨੌਰਥ ਅਮੈਰੀਕਾ ਦੇ ਵਿੱਚ, ਨੌਰਥ ਅਮੈਰੀਕਨ ਜਿਹੜਾ ਬੈਕਗਰਾਊਂਡ ਹੈ ਉਹਨਾਂ ਨਾਲੋਂ। ਦੂਜਾ ਜਿਹੜਾ ਹੈਗਾ ਵੀ ਫੈਬਰਲ ਸੀਜ਼ਰ ਜਿਹੜੇ ਹੈਗੇ ਆ, ਸਾਰੇ ਬੱਚੇ ਹੈਲਦੀ ਹੁੰਦੇ ਆ ਅਦਰਵਾਈਜ਼, ਔਰ ਇਹਨਾਂ ਦੀ ਫਿਊਚਰ 'ਚ ਜਾ ਕੇ ਇਪੀਲੈਪਸੀ ਜਾਂ ਹੋਰ ਸਿੰਡਰੋਮਸ ਹੋਣ ਦੇ ਚਾਂਸਿਸ ਲਗਭਗ 0 ਦੇ ਲਾਗੇ ਚੱਗੇ ਹੀ ਹੁੰਦੇ ਆ, ਸੋ ਇਹ ਡਰਨ ਵਾਲੀ ਗੱਲ ਨਹੀਂ ਹੁੰਦੀ। ਉਹ ਕੁਛ ਕਾਲਰ ਲੈ ਲਈਏ ਜੀ। ਤੇਜਿੰਦਰ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਡਾਕਟਰ ਸਾਹਿਬ ਨੂੰ ਇੱਕ ਕੁਐਸਚਨ ਪੁੱਛਣਾ ਸੀਗਾ ਜੀ। ਦੱਸੋ। ਮੈਂ ਪਹਿਲੀ ਵਾਰ ਕਾਲ ਕੀਤੀ ਹੈ ਜੀ। ਵੈਲਕਮ। ਮੇਰਾ ਬੇਟਾ ਜੀ ਹੁਣ ਤਾਂ ਹੋ ਗਿਆ 24 ਦਾ ਜੀ। ਹਾਂਜੀ। ਉਹਨੂੰ ਵੀਰ ਜੀ ਸੀਜ਼ਰ ਦੀ ਪ੍ਰੋਬਲਮ ਹੋ ਗਈ ਸੀ। ਹਾਂਜੀ। 3 ਸਾਲ ਰੈਗੂਲਰ ਉਹਨੇ ਦਵਾਈ ਖਾਧੀ। ਹਾਂ। ਉਹ ਤੋਂ ਬਾਅਦ ਉਹਨੂੰ ਫੇਰ ਹੋ ਗਿਆ ਜੀ। ਓਕੇ। ਉਹ ਤੋਂ ਬਾਅਦ ਫੇਰ ਸੋਰੀ ਹੋਇਆ ਤੇ ਉਹਨਾਂ ਨੇ ਫੇਰ ਦਵਾਈ ਦਿੱਤੀ ਆਪਣਾ ਚਿਲਡਰਨ ਹਾਸਪਿਟਲ ਤੇ ਦਵਾਈ ਖਾਂਦਾ ਰਿਹਾ ਜੀ। ਫਿਰ ਬਿਟਵੀਨ ਦੈਟ ਟਾਈਮ ਫੇਰ ਇੱਕ ਵਾਰੀ ਹੋ ਗਿਆ ਜੀ। ਤੇ ਫਿਰ ਉਹਨੇ ਕੁਛ ਟਾਈਮ ਤੋਂ ਬਾਅਦ ਉਹਨਾਂ ਨੇ ਡੋਜ਼ ਘਟਾ ਦਿੱਤੀ। ਹੁਣ ਇੱਕ ਗੋਲੀ ਲੈਂਦਾ ਰਿਹਾ ਜੀ ਇੱਕ ਟਾਈਮ ਤੇ ਥੋੜੀ ਦੇਰ ਬਾਅਦ ਉਹਨੂੰ ਫੇਰ ਹੋ ਗਿਆ ਜੀ। ਆ ਹੁਣ ਲਾਸਟ ਬਹੁਤ ਸਾਲ ਠੀਕ ਰਿਹਾ ਜੀ 5-6 ਸਾਲ ਤੇ ਹੁਣ ਲਾਸਟ ਉਹ ਪਤਾ ਕਰਨਾ ਵੀ ਕਿ ਉਹ ਸੇਮ ਅਟੈਕ ਹੋਇਆ ਹੋਣਾ ਜੀ ਕਿਉਂਕਿ ਸਾਡੇ ਜਿਸ ਦਿਨ ਕੋਬੀ ਦੀ ਡੈਥ ਹੋਈ ਹੈ ਜੀ ਉਹਦਾ ਕੋਬੀ ਦਾ ਬਹੁਤ ਫੈਨ ਸੀ ਸਾਰਾ ਦਿਨ ਬੜੀ ਟੈਨਸ਼ਨ ਚ ਰਿਹਾ ਜੀ। ਯੈਸ। ਬਸ ਬਹੁਤ ਜ਼ਿਆਦਾ ਜੀ ਮਤਲਬ ਨਾ ਕੁਛ ਖਾਧਾ ਨਾ ਪੀਤਾ। ਉਹ ਬਾਸਕਟਬਾਲ ਖੇਲਦਾ ਜੀ ਬੇਟਾ ਮੇਰਾ। ਨੈਕਸਟ ਡੇ ਜੀ ਉਹਨੂੰ ਅਰਲੀ ਮਾਰਨਿੰਗ ਮੈਂ ਕੰਮ ਤੇ ਚੱਲਿਆ ਸੀ 6:30 ਉਹਨੂੰ ਪਤਾ ਨੀ ਜਦੋਂ ਮੈਂ ਦੇਖਿਓ ਆਪਣੇ ਬੈੱਡ ਤੇ ਸਾਈਡ ਤੇ ਡਿੱਗਿਆ ਪਿਆ। ਜਦ ਮੈਂ ਗਿਆ ਨੋ ਨੋ ਏਦਾਂ ਕਰਦਾ ਰਿਹਾ ਜੀ ਫਿਰ ਮੇਰੇ ਤੋਂ ਚੱਕ ਵੀ ਨਾ ਹੋਇਆ ਕਿਉਂਕਿ 6:08 ਉਹਦਾ ਕਰਦਾ ਜੀ। ਦੱਸੋ ਜੀ। ਹਾਂਜੀ। ਇਹਨਾਂ ਦੱਸਿਆ ਵੀ 3 ਸਾਲ ਲਿੱਤੀ ਉਦੋਂ ਪ੍ਰੋਬਲਮ ਨਹੀਂ ਆਇਆ ਦਵਾਈ ਛੱਡਣ ਦੀ ਕੋਸ਼ਿਸ਼ ਕੀਤੀ ਫਿਰ ਅਟੈਕ ਹੋ ਗਿਆ ਹੁਣ ਕੋਬੇ ਦੀ ਡੈਥ ਦੇ ਨਾਲ ਔਰ ਆਪ 6:08 ਹੈਗਾ ਬਾਸਕਟਬਾਲ ਖੇਲਦਾ। ਕਈ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੀ ਫਲੈਸ਼ਿੰਗ ਲਾਈਟ ਆ ਸਾਊਂਡ ਆ ਜਾਂ ਅਨਐਕਸਪੈਕਟਿਡ ਕੋਈ ਚੇਂਜ ਹੋ ਗਈ ਉਹਦੇ ਨਾਲ ਵੀ ਟ੍ਰਿਗਰ ਹੁੰਦਾ ਸੀ ਜੀ। ਸੋ ਉਹ ਵੀ ਇੱਕ ਰੀਜ਼ਨ ਹੋ ਸਕਦਾ। ਸੋ EEG ਟੈਸਟ ਜਿਹੜਾ ਹੈਗਾ ਉਹ ਕਰਨਾ ਚਾਹੀਦਾ ਦੁਬਾਰਾ। ਜਿਹੜੀ ਦਵਾਈਆਂ ਅਗਰ ਤੁਸੀਂ ਟੈਗਰੇਟੋਲ ਜਾਂ ਜਿਹੜਾ ਲੈਂਦੇ ਆ ਵਾਲਪ੍ਰਿਕ ਐਸਿਡ ਉਹਦਾ ਲੇਵਲ ਚੈੱਕ ਕਰਨਾ ਪੈਂਦਾ। ਕਈ ਵਾਰ ਲੇਵਲ ਡਰੋਪ ਹੋਇਆ ਹੋਵੇ ਉਹ ਵੀ ਇੱਕ ਰੀਜ਼ਨ ਹੁੰਦਾ ਵੀ ਸਹੀ ਮਾਤਰਾ 'ਚ ਦਵਾਈ ਨਹੀਂ ਹੁੰਦੀ। ਸੋ ਨਿਊਰੋਲੋਜਿਸਟ ਨੂੰ ਤੁਸੀਂ ਫੋਲੋ ਕਰੋ। ਮੈਨੂੰ ਲੱਗਦਾ ਉਹਦਾ CT ਸਕੈਨ MRI ਤੋਂ ਹੋ ਚੁੱਕਿਆ ਹੋਣਾ ਔਰ ਨੋਰਮਲੀ ਹੋਣਾ ਨਹੀਂ ਤਾਂ ਹੁਣ ਤੱਕ ਉਹਨਾਂ ਨੇ ਕੁਛ ਨਾ ਕੁਛ ਇਲਾਜ ਕੀਤਾ ਹੋਣਾ। EEG ਟੈਸਟ ਇੰਪੋਰਟੈਂਟ ਹੈਗਾ। ਦਵਾਈ ਜਾਰੀ ਰੱਖੋ। ਆਪਾਂ ਕਈ ਵਾਰ ਡਰ ਜਾਂਦੇ ਹਾਂ ਵੀ ਦਵਾਈ ਜਿਹੜੀ ਹੈਗੀ ਆਪਾਂ ਲੌਂਗ ਟਰਮ ਨਹੀਂ ਦੇਣੀ। ਹੁਣ ਕੈਨੇਡਾ ਦੇ ਵਿੱਚ ਕਰੀਬਨ 370,000 ਲੋਕਾਂ ਨੂੰ ਇਪੀਲੈਪਸੀ ਹੈਗੀ ਆ। ਅੱਛਾ ਜੀ। ਸੋ 1% ਆਬਾਦੀ ਨੂੰ ਇਪੀਲੈਪਸੀ ਹੈਗੀ ਆ ਔਰ ਉਹ ਫੰਕਸ਼ਨਲ ਵੀ ਹੈਗੇ ਆ। ਉਹ ਪੜ੍ਹਾਉਂਦੇ ਆ, ਕੰਮ ਕਰਦੇ ਆ, ਜੋਬਾਂ 'ਚ ਜਾਂਦੇ ਆ। ਕਈਆਂ ਨੂੰ ਥੋੜ੍ਹਾ ਰਿਸਟ੍ਰਿਕਸ਼ਨ ਹੋ ਜਾਂਦਾ ਲਾਇਸੈਂਸ ਦਾ ਕਿਉਂਕਿ ਅਗਰ ਦੌਰੇ ਬਾਰ ਬਾਰ ਹੈਗੇ ਆ ਸੋ ਉਹਨੂੰ ਲਾਇਸੈਂਸ ਦਾ ਇਸ਼ੂ ਪੈਂਦਾ ਹੈ ਨਾ ਡਰਾਈਵਿੰਗ ਦਾ। ਬਟ ਉਹ ਟ੍ਰਾਂਜ਼ਿਟ 'ਚ ਜਾ ਸਕਦੇ ਆ ਹੋਰ ਜਿਹੜੇ ਹੈਗੇ ਆ ਲਿਫਟ ਜਾਂ ਉਬਰ 'ਚ। ਸੋ ਉਹ ਫੰਕਸ਼ਨਲ ਹੈਗੇ ਆ, ਬਹੁਤੇ ਲੋਕ ਫੰਕਸ਼ਨਲ ਹੈਗੇ ਇੱਦਾਂ ਨੇ ਵੀ ਘਰਾਂ ਦੇ ਵਿੱਚ ਬੈਠੇ ਆ। ਸੋ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਤੁਹਾਡਾ ਬੱਚਾ ਜੋ ਵੀ ਉਹਦਾ ਹੈਗਾ ਡ੍ਰੀਮਸ ਹੈਗੇ ਉਹ ਪਰਸਿਊ ਕਰੇ ਔਰ ਵਰੀ ਨਾ ਕਰੋ। ਯੂ ਆਰ ਲਿਵਿੰਗ ਇਨ ਅ ਵੈਰੀ ਗੁੱਡ ਕੰਟਰੀ ਔਰ ਇੱਥੇ ਕੇਅਰ ਸਭ ਤੋਂ ਵਧੀਆ। Red FM.